ਖਾਲਸਾ ਵਾਹਿਗੁਰੂ ਫਤਿਹ। ਮੈਂ ਗੁਰਚਰਨ ਸਿੰਘ ਦਿਓਲ। ਸਾਡੇ ਮਾਤਾ ਜੀ ਸ਼੍ਰੀਮਤੀ ਸਵਰਗੀ ਸੁਰਿੰਦਰ ਕੌਰ ਜੀ ਦਿਓਲ ਪਿਛਲੇ ਹਫ਼ਤੇ ਸਾਨੂੰ ਪੂਰੇ ਪਰਿਵਾਰ ਨੂੰ ਵਿਛੋੜਾ ਦੇ ਕੇ ਸਦੀ ਵੀ ਵਿਛੋੜਾ ਦੇ ਕੇ ਚਲੇ ਗਏ ਹਨ। ਉਹ ਬਹੁਤ ਜ਼ਿਆਦਾ ਨਰਮ ਸੁਭਾਅ ਦੇ ਸਨ, ਪਰ ਅਸੀਂ ਦੋ ਭਰਾ ਦੋ ਭੈਣਾਂ ਉਹਨਾਂ ਨੇ ਪੂਰੇ ਪਰਿਵਾਰ ਨੂੰ ਬੰਨ ਕੇ ਰੱਖਿਆ। ਉਹ ਸ਼ੁਰੂ ਤੋਂ ਬੜੀ ਮਿਹਨਤ ਨਾਲ ਸਾਨੂੰ ਸਾਡੇ ਫਾਦਰ ਸਾਹਿਬ ਸਾਹਿਬ ਜੋਗਾ ਸਿੰਘ ਦਿਓਲ ਨੂੰ ਉਹਨਾਂ ਦਾ ਪੂਰਾ ਸਾਥ ਦੇ ਕੇ ਕਾਰੋਬਾਰ ਵਿੱਚ ਪੂਰਾ ਸਾਥ ਦਿੱਤਾ ਉਹਨਾਂ ਦਾ, ਅਤੇ ਪੂਰੇ ਸਾਡੇ ਪਰਿਵਾਰ ਨੂੰ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਨਾਲ ਜੋੜ ਕੇ ਰੱਖਿਆ ਔਰ ਚੰਗੀ ਪਰਵਰਿਸ਼ ਦਿੱਤੀ, ਚੰਗੀ ਪੜ੍ਹਾਈ ਸਿਖਾਈ ਲਿਖਾਈ ਔਰ ਕਾਰੋਬਾਰ ਵਿੱਚ ਵੀ ਉਹਨਾਂ ਨੇ ਸਾਡਾ ਪੂਰਾ ਆਸ਼ੀਰਵਾਦ ਦਿੱਤਾ। ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅੱਜ ਅਸੀਂ ਪੂਰੇ ਦਿਓਲ ਪਰਿਵਾਰ ਵਿੱਚ ਕਾਫ਼ੀ ਵਾਹਿਗੁਰੂ ਦੀ ਕਿਰਪਾ ਨਾਲ ਅੱਛਾ ਕਾਰੋਬਾਰ ਕਰ ਰਹੇ ਹਾਂ। ਉਹਨਾਂ ਦੀਆਂ ਸਿੱਖਿਆਵਾਂ 'ਤੇ ਹੀ ਅਸੀਂ ਚੱਲਦੇ ਹਾਂ। ਅੱਜ ਉਹਨਾਂ ਦੀ ਅੰਤਿਮ ਸ਼ਾਂਤੀ ਵਾਸਤੇ ਪੜ੍ਹ ਦਾ ਭੋਗ ਰੱਖਿਆ ਗਿਆ ਹੈ। ਅਸੀਂ ਪੂਰੇ ਦਿਓਲ ਪਰਿਵਾਰ ਵੱਲੋਂ ਜਿਹੜੀਆਂ ਸੰਗਤਾਂ ਸਾਡੇ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਈਆਂ ਨੇ, ਉਹਨਾਂ ਪੂਰੇ ਦਿਓਲ ਪਰਿਵਾਰ ਵੱਲੋਂ ਅਤੀ ਅਤੀ ਧੰਨਵਾਦੀ ਹਾਂ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। एक बहुत ही ईमानदार अते सच्ची सुची शख्सियत दे मालक सरदारनी सुरिंदर कौर दिओल पिछले दिनी अपने स्वासां दी पूंजी नूं खर्चते हुए परमात्मा दे चरणां विच जा बिराजे। उनां दी याद विच एक धार्मिक समागम दा आयोजन उनां दे समूह परिवार वल्लों, जिन्हां विच सरदार जोगा सिंह जी, सरदार हरिंदरपाल सिंह, सरदार गुरचरण सिंह, सुखविंदर कौर, मनजीत कौर, गुरमीत कौर, संदीप कौर, हरिंदरपाल सिंह, राजा सिंह, चरणप्रीत सिंह, गगनदीप सिंह, अवनीत कौर, पुनीत कौर, अवलीन कौर, उदय राजा सिंह, गुरिंदर सिंह, परवीर सिंह अते उना दे समूह परिवार वल्लों गुरुद्वारा श्री गुरु सिंह सभा जमालपुर लुधियाना विखे करवाया गया, जिस विच रागी सिंघां वल्लों कीर्तन दी हाजरी लगवाई अते आईयां होईयां समूह संगतां नूं उस परम पिता परमात्मा दे चरणां नाल जोड़िया। सरदारनी सुरिंदर कौर दिओल जी दा जन्म पिता सरदार लखा सिंह जी दे घर, माता सरदारनी प्यार कौर हुणां दी कुखों गुरदासपुर विखे 31 दिसंबर 1948 नूं होया। आप जी बचपन तो ही बहुत ही होनहार प्रतिभा दे मालिक सुगड़ अते सियाने सन। वड्डे होण उपरंत आप जी दा व्याह 25 मई 1964 नूं सरदार जोगा सिंह जी हुणां नाल होया। व्याह उपरंत आप जी ने अपने गुणां दी महक अपने सहुरे घर बिखेरनी शुरू कर दिती। आप जी हमेशा ही अपने पति दे कंधे नाल कंधा मिला के चले। आप जी दे घर दो पुत्रा हरिंदरपाल सिंह अते गुरचरण सिंह अते दो पुत्रियां सुखविंदर कौर अते मनजीत कौर ने जन्म लिया। आप जी ने अपने बच्चियां नूं चंगे संस्कार दिते, पढ़ाया लिखाया अते समाज दे चंगे नागरिक बनाया। अज आप जी दे बच्चे आपो अपने खेतरां विच अपनी माता जी दे नाम नूं उच्चियां चुक रहे हन। आप जी दे दोनों पुत्र उगे बिजनेसमैन हन अते अपनी माता जी दे नक्शे कदमां ते चल रहे हन। सरदारनी सुरिंदर कौर जी अमृतधारी सन अते पक्के नितनेमी सन। रोजाना गुरु घर जाना आप जी दी दिनचर्या सी। आप जी हमेशा ही वाहेगुरु वाहेगुरु दा जाप करन वाले इंसान सन। आप जी गरीबां अते दीन दुखियां दे मसीहा सन अते हमेशा ही हर एक दी मदद लई तैयार बर तैयार रिहा करदे सन। आप जी बहुत ही मिठी बोली दे मालक सन अते अपनी मिठी बोली नाल हर एक नूं अपनी तरफ खिंचण दी शक्ति आप जी विच मौजूद सी। सरदारनी सुरिंदर कौर जी हुणा ने जिन्नी भी जिंदगी इस दुनिया ते बसर कीती अजिहियां यादां छड गए जिहड़ियां कदे भी भुलाईयां नहीं जा सकदियां। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਸਵਾਰੀ ਸਤ ਸੰਗਤ ਜੀ, ਉਹ ਕਰੋ ਕਿਰਪਾ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ, ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਦਾਸਾਂ ਦੇ ਜੱਥੇ ਦੀ ਫਤਿਹ ਕਰੋ ਪ੍ਰਵਾਹ ਲਾਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੀਰੀ ਲਿਖਿਆ ਤਿਹਾ ਮੁਕਰੁ ਕਮਾਹੇ, ਘੱਲੇ ਆ ਰਹਿ ਨਾਨਕ ਤਾਂ ਸਦੇ ਉਪੀਜਾ ਹੈ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਕੋਲ ਪਕੀ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ, ਤਰਾਹੋ ਬੁਰਾ ਪਿਹਾਵਲਾ ਸਰ ਡੂੰਗਰ ਅਸਗਾ, ਮੈਂ ਤਨ ਅਵਗੁਣ ਝੁਰਮੋਈ
ਬਿਨ ਕੋਲ ਕਿਉਂ ਕਰ ਜਾ ਕਹੇ ਕਬੀਰ ਸੁਣ ਹੋ ਰੇ ਸੰਤ ਹੋ ਖੇਤ ਹੀ ਕਰਹੋ ਨਬੇਰਾ ਅਬ ਕੀ ਵਾਰ ਬਖਸ਼ ਬੰਦੇ ਕਉ ਬਹੁਰ ਨਾ ਪਾਉਂਦੇ ਲਬੇਰਾ। ਬਹੁਤ ਹੀ ਸਰਕਾਰ ਜੋ ਸਰਦਾਰ ਜੋਗਾ ਸਿੰਘ ਜੀ ਉਹਨਾਂ ਦੇ ਧਰਮ ਪਤਨੀ ਭੈਣ ਜੀ ਸਰਦਾਰਨੀ ਸੁਰਿੰਦਰ ਕੌਰ ਜੀ ਜਿੰਨੀ ਆਜੋ ਜਿੰਨੇ ਸਵਾਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਭੋਗਦੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਟਲ ਸੱਦੇ ਦੇ ਮੁਤਾਬਕ ਪਿਛਲੇ ਦਿਨੀ ਇਹ ਸੰਸਾਰ ਤੋਂ ਚਲਾਣਾ ਕਰ ਗਏ ਹਨ। ਪਰਿਵਾਰ ਨੂੰ ਸਦੀਵ ਵਿਛੋੜਾ ਦੇ ਗਏ ਹਨ। ਉਹਨਾਂ ਦੇ ਨਿਮਿੱਤ ਉਹਨਾਂ ਦੀ ਆਤਮਕ ਸ਼ਾਂਤੀ ਦੇ ਲਈ ਰੂਹ ਦੀ ਕਲਿਆਣ ਦੇ ਲਈ ਔਰ ਜੋ ਗੁਰੂ ਕੇ ਸਿੱਖਾਂ ਦੀ ਮਰਿਆਦਾ ਹੈ ਜੋ ਮਰਿਆਦਾ ਸਾਨੂੰ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਰਸਾਈ ਹੈ ਕਿ ਭਾਈ ਜਦੋਂ ਕੋਈ ਬੰਦਾ ਪ੍ਰਾਣੀ ਮਾਤਰ ਚੜ੍ਹਾਈ ਕਰ ਜਾਂਦਾ ਹੈ ਉਸ ਦੇ ਨਿਮਿੱਤ ਵੱਧ ਤੋਂ ਵੱਧ ਬਾਣੀ ਪੜ੍ਹੀ ਜਾਵੇ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਜਾਵੇ ਉਹ ਉਸ ਜੀਵਾਤਮਾ ਨੂੰ ਸਹਾਈ ਹੁੰਦਾ ਹੈ। ਜਿਹੜੀਆਂ ਸੰਸਾਰਕ ਗੱਲਾਂ ਬਾਤਾਂ ਕਰਨੀਆਂ ਰੋਣਾ ਕੁਰਲਾਉਣਾ ਇਹ ਕਿਸੇ ਲੇਖੇ ਦੇ ਵਿੱਚ ਨਹੀਂ। ਸਤਿਗੁਰੂ ਜੀ ਕਹਿੰਦੇ ਵੱਧ ਤੋਂ ਵੱਧ ਬਾਣੀ ਪੜ੍ਹੋ ਸੋ ਸਾਰਾ ਪਰਿਵਾਰ ਇਲਾਕੇ ਦੇ ਤਰਵੰਤੇ ਸੱਜਣ ਜਿੰਨੀ ਵੀ ਸੰਗਤ ਆਪ ਜੀ ਮਾਤਾ ਸੁਰਿੰਦਰ ਕੌਰ ਜੀ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਅਰਦਾਸਾਂ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ ਹੋ ਕਿਰਪਾ ਕਰਿਓ ਜਿੰਨਾ ਵੀ ਸਮਾਂ ਆਪਾਂ ਜੁੜਨਾ ਰੌਲੇ ਤੋਂ ਗੱਲਾਂ ਤੋਂ ਸੰਕੋਚ ਕਰਿਓ ਕਿਉਂਕਿ ਐਸੇ ਸਮੇਂ ਸਾਰੀ ਸੰਗਤ ਦੀ ਅਰਦਾਸ ਬੇਨਤੀ ਸਤਿਗੁਰੂ ਜੀ ਦੇ ਅੱਗੇ ਪ੍ਰਮਾਣ ਹੁੰਦੀ ਹੈ ਸੋ ਆਪਾਂ ਸਾਰਿਆਂ ਨੇ ਜੁੜ ਮਿਲ ਕਰਕੇ ਹੀ ਉਹਨਾਂ ਦੇ ਨਿਮਿੱਤ ਅਰਦਾਸ ਕਰਨੀ ਹੈ ਨਾਲ ਹੀ ਆਪਾਂ ਆਪਣੇ ਸਮਿਆਂ ਨੂੰ ਆਪਣੇ ਸਵਾਸਾਂ ਨੂੰ ਵੀ ਸਫਲੀ ਬਣਾਉਣਾ ਹੈ। ਕਰੋ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਪੈਰਾ
साहिब श्री गुरु ग्रंथ साहिब महाराज जी की धरती बाणी प्रकाशी बाणी इलाही बाणी सानू थां थां ते समझाउणा कर रही है। बाणी दे विच इक जगह नहीं सौ समुचा बाणी का खजाना मनुख मात्र दे लई उपदेश है। सतगुरु जी बार बार समझा रहे हैं कि भाई ये जो मनुखा जन्म तेनों मिले है सिर्फ ते सिर्फ उस अकाल पुरख वाहिगुरु जी की बंदगी करके भजन करके सिमरन करके अभ्यास करके 84 के चक्कर तो जन्म मरण के गेट तो छुटकारा पाने लिए मनुखा जन्म मिले है, ना कि संसार के पदार्थों विषय व्यापारा रसा कसा भोगन दे। पंचम पातशाह सानू समझाते हैं भई प्राप्त मानुख दे हुई आ दो बिंद मिलन की यह तेरी परी आ अवर काज तेरा किता ना काज साध संगत भज केवल नाम। सतगुरु जी कहते भाई जरा मनुखा जन्म मिलन का तेरा प्रथम जरा मनोरथ है और वाहेगुरु जी की बंदगी करना है। जो बाकी दुनियावी काम ने उस सैकंडली ने बाद दे विच ने हो सो इस पावन पवित्र शब्द दे विच भी सतगुरु जी सानू जीव रूपी इस्त्रियां नू समझाउंदे ने कि इस संसार रूपी पेके घर दे विच रह करके जिन्ने तुसी गुण ग्रहण कर लोगे भाव जिन्नी तुसी बाणी पढ़ लोगे नाम जप लोगे अगे जा करके काम आउणा है। सतगुरु जी समझाउंदे ने पेयर है सिह सहु सेव तू सहु है सुख वस। दुनियावी तौर ते जिस तरह किसी बच्ची ने अपने अगे सहुरे जाना होंगे तो परिवार वाले उन्होंने कहते हैं कि घर का सारा काम सीख लै चूल्हा चौंका करना सीख लै रोटी बनानी सीख लै होर भी काम काज करने सीख लै तेनों अगे जा करके सत्कार मिलो। सो इतने सतगुरु जी सानू जीव रूपी स्त्रियों को समझाते हैं कि समाज के संसार के रह करके भाई बाणी पढ़ लो स्वास स्वास सिमरन करो नाम जपो फिर अगे जा करके सत्कार मिलना है। तो अखीरलिया पंक्तियों के सतगुरु जी फरमान करते हैं सतनाम साहो ने मंझना सब मुख लावना कि जो आप जीव रूपी इस्त्रियां सारिया ने ही एक दिन उस सहुरे घर चले जाना है भाव इस संसार को छड़ करके अगे चले जाना है ते सत्कार उन्होंने मिलना जिन्होंने उस पति परमेश्वर अकाल पुरख वाहेगुरु जी को सिमरिया होगा। सो आओ जिस तरह माता सुरिंदर कौर जी अपने विचार नहीं रहे आप भी सारे इस संसार के एक दिन चले जा रहे किसी ने छोटी उम्रे किसी ने वड्डी उम्रे जिनी जिनी आजू सतगुरां ने लिख करके भेज दी है उस विच कोई घाट वाध नहीं हो सकती। सो जिन्हें भी स्वास सतगुरां ने सानू बख्शिश किए उन्होंने सफले करिए सतगुरु जी का शुकराना करिए जिन्होंने सानू मनुखा जन्म बख्शिश किया। सो आओ अखीरलियां पंक्तियां के नाल जुड़ मिल करके हाजरी लवाइए सब ना सोहरे
ਸੇਵਕ ਪੜਾ ਦੇ ਇੱਜ਼ਤ ਮਾਣ ਫੜਦੇ ਟੱਕਣੇ
ਕੰਮ ਦੀ ਆਗਿਆ ਬਖਸ਼ਿਸ਼ ਕਰੋ, ਹੁਕਮਨਾਮੇ ਬਖਸ਼ਿਸ਼ ਕਰੋ, ਕਿ ਹੁਕਮਨਾਮੇ ਅੱਲਾਹ ਦੀ ਸਮਰਥਾ ਬਖਸ਼ਿਸ਼ ਕਰੋ। ਸਹੀ ਪਿਆਰੇ ਤੇ ਜਿਹੜਾ ਮਿਲਿਆ ਤੇਰਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ। ਸ਼ਬਦ ਹੈ ਨਾਨਕ ਗੁਰਮੁਖ।
ਸਾਬਕਾ
ਚੰਡੀਗੜ੍ਹ ਤੋਂ ਸੁੱਜੇ ਮਾਹੌਲ ਕਰਕੇ ਆਪਣੀ ਹਾਜ਼ਰੀ ਕਰਵਾਈ ਗਈ ਹੈ। ਏਮਨ ਸਾਈਕਲ ਤੋਂ ਸਵਾਰ ਅਕਾਲ ਸਿੰਘ ਬਾਬਾ ਜੀ ਵੱਲੋਂ ਆਪਣੀ ਹਾਜ਼ਰੀ ਕਰਵਾਈ ਗਈ ਹੈ। ਬਾਬਾ ਜੋਗਿੰਦਰ ਕੁਮਾਰ ਜੀ ਮੇਰੇ ਇੰਡਸਟਰੀ ਦੇ ਬਹੁਤ ਪੁਰਾਣੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ, ਉਹ ਨਿੱਜੀ ਤੌਰ 'ਤੇ ਆਪਣੀ ਹਾਜ਼ਰੀ ਕਰਵਾਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ। ਔਰ ਲੰਮਾ ਸਮਾਂ ਸਾਡੇ ਜਿਹੜੇ ਲੁਧਿਆਣਾ ਦੇ ਮੇਅਰ ਦੀ ਸੇਵਾਵਾਂ ਨਿਭਾ ਚੁੱਕੇ ਸਰਦਾਰ ਕਰਤਨ ਸਿੰਘ ਗੋਲਵੜੀਆ ਜੀ ਨਿੱਜੀ ਤੌਰ 'ਤੇ ਪਹੁੰਚ ਕੇ ਪਰਿਵਾਰ ਦਾ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ। ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਪ੍ਰਧਾਨ ਸ੍ਰੀ ਜਤਿੰਦਰ ਮਿੱਤਲ ਜੀ ਆਪਣੀ ਹਾਜ਼ਰੀ ਕਰਵਾ ਰਹੇ ਨੇ, ਸ੍ਰੀ ਹਰਿਮੰਦਰ ਸਾਹਿਬ ਮਹਿਤਾ ਜੀ ਆਪਣੀ ਹਾਜ਼ਰੀ ਕਰਵਾ ਰਹੇ ਨੇ, ਬਹੁਤ ਸਾਰੀਆਂ ਸੁਦਰਸ਼ਨ ਗੁਸਾਈ ਜੀ ਹਾਜ਼ਰੀ ਕਰਵਾ ਰਹੇ ਨੇ, ਬਹੁਤ ਸਾਰੀਆਂ ਸਨਅਤੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸੇਵਾਵਾਂ ਵੀ ਪਹੁੰਚੇ ਨੇ। ਪਰਿਵਾਰ ਵੱਲੋਂ ਹੁਕਮ ਹੋਇਆ ਸਾਰਿਆਂ ਨੂੰ ਮੈਂ ਇੱਥੇ ਹੀ ਜੀਆਂ ਕਹਿੰਦਾ ਹੋਇਆ। ਬਹੁਤ ਸਾਰੇ ਬੁਲਾਰੇ ਬੈਠੇ ਨੇ, ਗੁਰਬੁਜੇ ਸਾਹਿਬ ਬੈਠੇ ਨੇ, ਮਿੱਤਰ ਸਾਹਿਬ ਬੈਠੇ ਨੇ, ਇਲੈਕਟਰਿਕ ਸਾਈਕਲ ਪਾਰਕ ਵੱਲੋਂ, ਚੈਂਬਰ ਵੱਲੋਂ ਸਾਰੇ ਜਥੇਬੰਦੀਆਂ ਦੇ ਆਗੂ ਸੇਵਾਵਾਂ ਬੈਠੇ ਨੇ। ਸੋ ਦੋਹਾਂ ਚੋਂ ਵੀ ਜਿੱਥੇ ਮਾਫ਼ੀ ਮੰਗਦਾ ਉੱਥੇ ਆਈਆਂ ਹੋਈਆਂ ਸਾਰੀਆਂ ਇਹਨਾਂ ਸ਼ਖਸੀਅਤਾਂ ਜੀਆਂ ਵੀ ਆਪਣਾ USPC ਜੈਨ ਪਬਲਿਕ ਸਕੂਲ ਵੱਲੋਂ ਸਮੁੱਚੀ ਕਮੇਟੀ ਹਾਜ਼ਰੀ ਲਗਵਾ ਰਹੀ ਹੈ ਜੀ। ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ਲ ਅਫੈਡਰੇਸ਼ਨ ਵੱਲੋਂ ਸਾਹਿਬ ਕਾਰ ਸਿੰਘ ਜੀ, ਪੰਕਜ ਸ਼ਰਮਾ ਜੀ ਵੱਲੋਂ ਹਾਜ਼ਰੀ ਲਗਵਾ ਰਹੇ ਨੇ ਜੀ। ਇਲੈਕਟਰਿਕ ਸਾਈਕਲ ਐਂਡ ਮੈਨੂਫੈਕਚਰ ਐਸੋਸੀਏਸ਼ਨ ਵੱਲੋਂ ਸਮੁੱਚੀ ਟੀਮ ਪ੍ਰਧਾਨ ਜੀ ਚਾਵਲਾ ਜੀ ਵੱਲੋਂ, ਸਰਦਾਰ ਹਰਸਿਮਰਜੀਤ ਸਿੰਘ ਲੱਕੀ ਜੀ ਹਾਜ਼ਰੀ ਲਗਵਾ ਰਹੇ ਨੇ ਜੀ। ਡਿਕੋ ਵੱਲੋਂ ਫੈਡਰੇਸ਼ਨ ਆਫ ਇੰਡਸਟਰੀਅਲ ਕਮਰਸ਼ਲ ਆਰਗਨਾਈਜੇਸ਼ਨ ਵੱਲੋਂ ਨਿੱਜੀ ਤੌਰ 'ਤੇ ਵੀ ਹਾਜ਼ਰੀ ਲਗਵਾ ਕੇ ਗਏ ਨੇ ਪ੍ਰਧਾਨ ਸਾਹਿਬ। ਲੋਕ ਸੇਵਾ ਸਮਿਤੀ ਰਜਿਸਟਰ, ਸੀਨੀਅਰ ਸਿਟੀਜਨ ਸਕੂਲ ਵੈਲਫੇਅਰ, ਸੀਨੀਅਰ ਸਿਟੀਜਨ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ, ਸਮੁੱਚੀ ਪ੍ਰਬੰਧਕ ਕਮੇਟੀ, ਆਟੋ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਵੱਲੋਂ ਕਾਲੂ ਸਾਹਿਬ ਹਾਜ਼ਰੀ ਲਗਵਾ ਰਹੇ ਨੇ। ਸ਼ਿਵ ਨਾਥ ਹਰਿਮੰਦਰ ਸਾਹਿਬ ਵੱਲੋਂ, ਕੋਕੜ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਈਸ਼ਵਰ ਸਿੰਘ ਜੀ, ਕੋਕੜ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਰਾਨੂ ਆਇਆ ਜੀ, ਲੋਕ ਸੇਵਾ ਸਮਿਤੀ ਵੱਲੋਂ ਸਮੁੱਚੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਹਾਜ਼ਰੀ ਲਗਵਾ ਰਹੀਆਂ ਨੇ। ਮੈਂ ਜਿੱਥੇ ਸਾਰਿਆਂ ਬੈਠੇ ਆਉਣ 'ਤੇ ਜੀਆਂ ਤੁਹਾਡੇ ਸਿਰ ਮੱਥੇ ਤੁਹਾਡਾ ਇੱਕ ਕਦਮ, ਉੱਥੇ ਪਰਿਵਾਰ ਵੱਲੋਂ ਪਠਾਨਕੋਟ ਧੰਨਵਾਦ ਸਾਰਿਆਂ ਦਾ, ਕਿਉਂਕਿ ਤੁਸੀਂ ਪਰਿਵਾਰ ਦੇ ਨਾਲ ਦੁੱਖ ਮਨਾਉਣ ਵਾਸਤੇ ਪਹੁੰਚੇ ਹੋ। ਔਰ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਸਭ ਦਿਨ ਦੁੱਖ ਜਿਹੜਾ ਮਨਾਇਆ ਕਰਦਾ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਸਥਾਨ ਤੋਂ ਮੁੱਖ ਸੇਵਾਦਾਰ ਪ੍ਰਧਾਨ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ, ਜਿਹਨਾਂ ਦੀ ਮੈਂ ਸਾਰੀਆਂ ਵੱਡੀਆਂ ਸੇਵਾਵਾਂ ਇਸ ਸਥਾਨ 'ਤੇ ਵੀ, ਉਹ ਨਾਲ ਇੱਕ ਹਸਪਤਾਲ ਜਿਹੜਾ ਸ਼ੁਰੂ ਕਰਕੇ ਸੇਵਾਵਾਂ ਨਿਭਾ ਰਹੇ ਨੇ, ਉਹ ਵੀ ਸਮੁੱਚੀ ਕਮੇਟੀ ਇੱਥੇ ਪਹੁੰਚ ਕੇ ਉਹਨਾਂ ਨੇ ਪਰਿਵਾਰ ਦੇ ਨਾਲ ਸਾਹਿਬ ਯੋਗਾ ਸਿੰਘ ਦਾ ਨਾਮ ਸਾਹਿਬ ਰਣਜੀਤ ਸਿੰਘ ਦਾ ਨਾਮ ਦੁਸਰਾ ਪ੍ਰਗਟਾਵਾ ਕੀਤਾ। ਸੋ ਇਹਨਾਂ ਸਾਰਿਆਂ ਵੱਲੋਂ ਸਾਰਿਆਂ ਦਾ ਸੁਚੀਤਾ ਦਾ, ਸਮੁੱਚੀ ਸੰਗਤ ਦਾ, ਰਿਸ਼ਤੇਦਾਰ ਮਿੱਤਰਾਂ ਦਾ, ਸਾਰਿਆਂ ਦਾ ਇੱਥੇ ਆਉਣ 'ਤੇ ਗੋਹਾ ਜੋੜ ਕੇ ਇੱਥੇ ਧੰਨਵਾਦ ਕਰਦਾ ਹਾਂ ਜੀਆਂ ਨੂੰ। ਬਹੁਤ ਸਾਰੀਆਂ ਅਸਥਾਨਾਂ ਵਾਸਤੇ ਮਾਤਾ ਜੀ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਕੋਈ ਸੇਵਾ ਜਿਹੜੀ ਹੈ ਉਹ ਅਤੇ ਜਿਹੜੀ ਹੈ ਜੇ ਉਹਨਾਂ ਨਾਲ ਸੰਬੰਧਿਤ ਇੱਥੇ ਕੋਈ ਵੀਰ ਬੈਠੇ ਹੋ ਤਾਂ ਉਹ ਸਾਹਿਬ ਯੋਗਾ ਸਿੰਘ ਜੀ ਪਾਸੋਂ ਪ੍ਰਾਪਤ ਕਰ ਸਕਦੇ ਨੇ। ਜਿਹੜੇ ਬਾਬਾ ਧੂਰੀ ਵਾਲੇ ਬਹਾਦਰ ਕੇ ਅਸਥਾਨ ਵਾਸਤੇ ਸੇਵਾ ਭੇਜੀ ਗਈ ਹੈ ਜੀ। ਸਨਾਤਨ ਧਰਮ ਮੰਦਰ ਫੇਸਪੰਜ ਮਾਨਪੁਰ ਵਾਸਤੇ ਸੇਵਾ ਜੀ। ਆਰੀਆ ਸਮਾਜ ਮੰਦਰ ਫੇਸਪੰਜ ਮਾਨਪੁਰ ਵਾਸਤੇ ਸੇਵਾ ਜੀ। ਹੋਸਪਿਟਲ ਸਿੰਘ ਸਭਾ ਗੁਰਦੁਆਰਾ ਜਮਾਲਪੁਰ ਇਸ ਸਥਾਨ ਦੇ ਨਾਲ ਜੋ ਬਣਿਆ ਉਸ ਵਾਸਤੇ ਜੀ। ਵਿਸ਼ਵਨਾਥ ਮੰਦਰ ਮੈਟਰੋ ਰੋਡ ਵਾਸਤੇ ਸੇਵਾ ਜੀ। ਗਊਸ਼ਾਲਾ ਜਮਾਲਪੁਰ ਵਾਸਤੇ ਸੇਵਾ ਜੀ। ਸਿੰਘ ਸਭਾ ਗੁਰਦੁਆਰਾ ਜਮਾਲਪੁਰ ਵਾਸਤੇ ਸੇਵਾ ਜੀ। ਸ਼ੀਤਲਾ ਮਾਤਾ ਮੰਦਰ ਟੱਕਾ ਕਲੋਨੀ ਉਸ ਵਾਸਤੇ ਸੇਵਾ ਕੱਢੀ ਗਈ ਹੈ ਜੀ। ਸਰਕਾਰ ਘਰ ਜਮਾਲਪੁਰ ਵਾਸਤੇ ਔਰ ਗੌਰਮੈਂਟ ਕਾਲਜ ਔਫ ਲਾਈਨ ਜੋ ਇੱਥੇ ਚੰਡੀਗੜ੍ਹ ਰੋਡ 'ਤੇ ਹੈ, ਇਹਨਾਂ ਸਾਰੇ ਸਥਾਨਾਂ ਵਾਸਤੇ ਪਰਿਵਾਰ ਵੱਲੋਂ ਮਾਤਾ ਜੀ ਦੀ ਯਾਦ ਦੇ ਵਿੱਚ ਸੇਵਾਵਾਂ ਭੇਟ ਕੀਤੀਆਂ ਗਈਆਂ ਨੇ। ਇਸ ਤੋਂ ਪਹਿਲਾਂ ਭਾਈ ਗੰਗਾਦੀਪ ਸਿੰਘ ਸੁਖਜੀਵੀ ਰਾਣੀ ਸਰਪੰਚ ਦਰਬਾਰ ਸਾਹਿਬ ਉਹਨਾਂ ਵੱਲੋਂ ਵੀ ਕੀਰਤਨ ਕੀਤਾ ਗਿਆ, ਉਹਨਾਂ ਦਾ ਵੀ ਪਰਿਵਾਰ ਵੱਲੋਂ ਧੰਨਵਾਦ। ਇੱਕ ਵਾਰ ਫਿਰ ਤੋਂ ਸੁਖਜੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਲੈਣ ਉਪਰੰਤ ਜਿੰਨਾ ਸੰਗਤ ਦਾ ਲੰਗਰ ਨਹੀਂ ਛੱਡਿਆ, ਦੇਖ ਕੇ ਗੁਰੂ ਦਾ ਲੰਗਰ ਛੱਡ ਕੇ ਜਾਣਾ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।